ਬਾਰਡਰਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਚੱਲਦਿਆਂ 7 ਮਹੀਨੇ ਹੋ ਗਏ ਨੇ ਪਰ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਨੂੰ ਲੈ ਕੇ ਅਜੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਅਤੇ ਸਰਕਾਰ ਵੱਲੋਂ ਲਗਾਤਾਰ ਕਿਸਾਨੀ ਅੰਦੋਲਨ 'ਚ ਮਦਦ ਕਰਨ ਵਾਲੇ ਲੋਕਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਦਿੱਲੀ ਬਾਰਡਰ ਤੇ ਸਥਿਤ ਗੋਲਡਨ ਹੱਟ ਹੋਟਲ ਦੇ ਮਾਲਕ ਰਾਮ ਸਿੰਘ ਰਾਣਾ ਦੇ ਵੱਲੋਂ 7 ਮਹੀਨਿਆਂ ਤੋਂ ਲਗਾਤਾਰ ਕਿਸਾਨਾਂ ਦੀ ਲੰਗਰ, ਦੁੱਧ, ਪਾਣੀ ਅਤੇ ਆਟੇ ਦੀ ਸੇਵਾ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਉਸ ਤੇ ਵੀ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰਅਸਲ ਰਾਮ ਸਿੰਘ ਰਾਣਾ ਦਾ ਇੱਕ ਹੋਟਲ ਸਿੰਘੂ ਬਾਰਡਰ ਅਤੇ ਦੂਜਾ ਹੋਟਲ ਕੁਰੂਕਸ਼ੇਤਰ ਦੇ ਵਿੱਚ ਹੈ। ਸਰਕਾਰ ਵੱਲੋਂ ਉਸ ਦੇ ਦੂਜੇ ਹੋਟਲ ਦੀ ਸੜਕ ਤੇ ਬੈਰੀਗੇਟ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ। ਸਰਕਾਰ ਦੇ ਇਸ ਕਦਮ ਤੋਂ ਬਾਅਦ ਕਿਸਾਨ ਗੁੱਸੇ ਵਿੱਚ ਆ ਗਏ ਨੇ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਕੁਰੂਕਸ਼ੇਤਰ ਪਹੁੰਚ ਗਏ ਨੇ ਅਤੇ ਕਿਸਾਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ 2 ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਕਿ ਬੈਰੀਕੇਡ ਹਟਾ ਦਿਓ ਨਹੀਂ ਤਾਂ ਹਾਈਵੇ ਜਾਮ ਕਰ ਦਿੱਤਾ ਜਾਵੇਗਾ। ਅੱਜ ਕਿਉਂਕਿ ਜਦੋਂ ਪਤਾ ਲੱਗਿਆ ਸ਼ਾਮੀ ਰਾਮ ਸਿੰਘ ਰਾਣਾ ਜੀ ਦਾ ਜਿਹੜਾ ਢਾਬਾ ਹੈ ਉਹਦੇ ਮੋਹਰੇ ਬੈਰੀਕੇਡ ਕਰਤੀ ਗਈ ਆ ਪੱਥਰ ਲਾ ਕੇ, ਸੋ ਉਹਦੇ ਵਾਸਤੇ ਅਸੀਂ ਸਵੇਰ ਇਮੀਡੀਏਟ ਦੀ ਬੱਤੀਆਂ ਦੀ ਆਪਣੀ ਮੀਟਿੰਗ ਬੁਲਾਈ 10 ਵਜੇ ਔਰ ਮੀਟਿੰਗ ਬੁਲਾਉਣ ਤੋਂ ਬਾਅਦ ਫਿਰ ਇਹ ਫੈਸਲਾ ਲਿਆ ਕਿ ਇਹ ਜਿਹੜੇ ਪੱਥਰ ਲਾਏ ਨੇ ਸਰਕਾਰ ਨੇ ਆ ਬੈਰੀਕੇਡਿੰਗ ਕੀਤੀ ਹੈ, ਇਹ ਜਿਆਦਤੀ ਹੈ ਕਿਉਂਕਿ ਰਾਮ ਸਿੰਘ ਰਾਣਾ ਜੀ ਸਾਡੀ ਸਪੋਰਟ ਕਰਦੇ ਨੇ, ਉਹ ਅੰਦੋਲਨ ਦੀ ਸਪੋਰਟ ਕਰਦੇ ਨੇ, ਅੰਦੋਲਨ 'ਚ ਪਾਣੀ ਦੀ ਸੇਵਾ, ਆਟੇ ਦੀ ਸੇਵਾ, ਦੁੱਧ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਪਰੇਸ਼ਾਨ ਕਰਨ ਲਈ ਜਿਹੜਾ ਵੀ ਅੰਦੋਲਨ ਦੀ ਸਪੋਰਟ ਕਰਦਾ ਹੈ, ਜਿਹੜੇ ਜਿਵੇਂ ਕਿ ਪਹਿਲਾਂ ਇਹਨਾਂ ਨੇ ਐਨਆਈਏ ਦੇ ਨੋਟਿਸ ਭੇਜੇ ਸਨ, ਉਸੇ ਤਰ੍ਹਾਂ ਕਲਾਕਾਰਾਂ ਨੂੰ, ਲੰਗਰਾਂ ਵਾਲੇ ਬਾਬਿਆਂ ਨੂੰ, ਅੱਜ ਇਹ ਸਾਡੇ ਰਾਮ ਸਿੰਘ ਰਾਣਾ ਜੀ ਜਿਹੜੇ ਢਾਬੇ ਵਾਲੇ ਉਹਨਾਂ ਦੇ ਮੂਹਰੇ ਬੈਰੀਕੇਡ ਕਰਦੇ ਨੇ, ਇਹਨਾਂ ਦੇ ਕੋਈ ਕਸਮਤ ਜਾ ਨਾ ਸਕੇ, ਇਹ ਕੋਈ ਹਰਕਤ ਹੈ ਸਰਕਾਰ ਦੀ ਬਿਲਕੁਲ ਨਹੀਂ ਹੋਣ ਦੇਵਾਂਗੇ। 2 ਤਰੀਕ ਤੱਕ ਤਾਂ ਹੁਣ ਫੈਸਲਾ ਲਿਆ ਗਿਆ ਕਿ 2 ਨੂੰ ਸੰਯੁਕਤੀ ਮੀਟਿੰਗ ਹੈ, 2 ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸਰਕਾਰ ਨੂੰ ਔਰ 2 ਤੱਕ ਅਗਰ ਇਹ ਪੱਥਰ ਨਹੀਂ ਹਟਾਏ ਜਾਂਦੇ ਤੇ 2 ਤੋਂ ਬਾਅਦ ਕੋਈ ਵੱਡਾ ਐਕਸ਼ਨ ਹੋਏਗਾ 2 ਤਰੀਕ ਤੋਂ ਬਾਅਦ, ਸੋ 2 ਦੀ ਮੀਟਿੰਗ ਵਿੱਚ ਉਹ ਜਿਹੜਾ ਐਕਸ਼ਨ ਹੈ ਉਹ ਤੈਅ ਕਰ ਲਿਆ ਜਾਏਗਾ। ਇਹ ਅੱਜ ਫੈਸਲਾ ਲਿਆ ਤੇ ਹੁਣ ਡੀਸੀ ਸਾਹਿਬ ਨੂੰ ਵੀ ਜਾ ਕੇ ਬਿਲਕੁਲ ਅਲਰਟ ਕਰਕੇ ਜਾਵਾਂਗੇ ਇਸ ਗੱਲ ਲਈ, ਉਹਨਾਂ ਨੂੰ ਦੱਸ ਕੇ ਜਾਵਾਂਗੇ ਕਿ 2 ਤਰੀਕ ਤੱਕ ਇਹਨਾਂ ਨੂੰ ਸ਼ਾਂਤੀਪੂਰਵਕ ਹਟਾ ਲਓ, ਅਸੀਂ ਸ਼ਾਂਤੀ ਭੰਗ ਨਹੀਂ ਕਰਨਾ ਚਾਹੁੰਦੇ, ਨਹੀਂ ਤਾਂ ਫਿਰ 2 ਤੋਂ ਬਾਅਦ ਸਖਤ ਐਕਸ਼ਨ ਲਿਆ ਜਾਊਗਾ। ਅੱਜ ਅਸੀਂ ਇੱਥੇ ਗੋਲਡਨ ਹੱਟ ਢਾਬੇ ਤੇ ਆ, ਕੱਲ ਸਾਡੇ ਵੀਰ ਰਾਣਾ ਜੀ ਦਾ ਨਾਲ ਬਦਲਾ ਲਓ ਕਾਰਵਾਈ ਕਰਦੇ ਹੋਏ ਉਹਨਾਂ ਨੇ ਰਾਹ ਬੰਦ ਕੀਤਾ ਸੀ। ਪੰਜਾਬ ਦੀਆਂ 32 ਜਥੇਬੰਦੀਆਂ ਔਰ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਦੇ ਆਗੂ ਅੱਜ ਉਰੇ ਪਹੁੰਚੇ ਆ, ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਪਿੱਠ ਤੇ ਆ ਔਰ ਹਰਿਆਣਾ ਸਰਕਾਰ ਤੇ ਮੋਦੀ ਸਰਕਾਰ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ 2 ਤਰੀਕ ਤੱਕ ਦਾ ਅਲਟੀਮੇਟਮ ਦਿੰਦੇ ਆ ਕਿ ਉਹ ਇਸ ਨੂੰ ਹਟਾ ਲੈਣ, ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਕੋਈ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਏ।